ਇੰਟਰਨੈਸ਼ਨਲ ਪਲੇਅਰ ਕਵੱਡੀ ਪਲੇਅਰ ਸ਼ੇਰਾ ਅਠਵਾਲ ਸ਼ਮਸ਼ੇਰ ਸਿੰਘ ਜਿਨ੍ਹਾਂ ਦੀ ਕੱਲ੍ਹ ਅਚਾਨਕ ਹੀ ਮੌਤ ਹੋ ਗਈ ਦੱਸਦੇ ਕਿ ਕਵੱਡੀ ਦੀ ਦੁਨੀਆ ਦੇ ਵਿੱਚ ਅਲੱਗ ਤੋਂ ਆਪਣੀ ਇੱਕ ਵੱਖਰੀ ਪਛਾਣ ਵਾਲਾ ਨੌਜਵਾਨ ਸ਼ੇਰਾ ਅਠਵਾਲ ਅਚਾਨਕ ਉਹਨਾਂ ਦੀ ਮੌਤ ਹੋ ਗਈ ਜਿਸ ਦੇ ਕਾਰਨ ਪਰਿਵਾਰ ਦੇ ਵਿੱਚ ਜਿਹੜਾ ਮਾਹੌਲ ਬਹੁਤ ਦੁਖਦਾਇਕ ਮਾਹੌਲ ਬਣਿਆ ਹੋਇਆ ਗਮਗੀਨ ਹੋਇਆ ਪਿਆ ਹਰ ਪਾਸੇ ਦੱਸਦੀਏ ਕਿ ਜਦੋਂ ਪਲੇਅਰ ਕੋਈ ਕਵੱਡੀ ਦਾ ਪਲੇਅਰ ਖਾਸ ਕਰਕੇ ਕੋਈ ਐਡੀ ਦੀ ਵਾਰਦਾਤ ਸਾਹਮਣੇ ਆਉਂਦੀ ਹੈ ਜਾਂ ਫਿਰ ਕੋਈ ਦੁਖਦਾਇਕ ਘਟਨਾ ਸਾਹਮਣੇ ਆਉਂਦੀ ਹੈ ਬੜਾ ਦੁੱਖ ਹੁੰਦਾ ਹੈ ਦੱਸਦੇ ਹੋਏ ਕਿ ਜਿਹੜੇ ਕਵੱਡੀ ਦੇ ਪਲੇਅਰ ਨੇ ਸ਼ੇਰਾ ਅਠਵਾਲ ਹੋ ਹੁਣ ਸਾਡੇ ਵਿੱਚ ਨਹੀਂ ਰਹੇ ਸ਼ੇਰਾ ਅਠਵਾਲ ਦੱਸਦੀਏ ਕਵੱਡੀ ਦੇ ਇੰਟਰਨੈਸ਼ਨਲ ਪਲੇਅਰ ਨੇ ਕੈਨੇਡਾ ਦੇ ਵਿੱਚ ਇਸ ਸਮੇਂ ਰਹਿ ਰਹੇ ਸੀਗੇ ਸ਼ੇਰਾ ਠਵਾਲ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਜਿਹੜਾ ਮਾਹੌਲ ਹੈ ਉਹ ਬੜਾ ਦੁਖਦਾਈਕ ਬਣਿਆ ਹੋਇਆ ਕਿਉਂਕਿ ਜੇ ਗੱਲ ਕਰੀਏ ਉਹਨਾਂ ਦੇ ਪਿੰਡ ਵਾਲਿਆਂ ਦਾ ਜਾਂ ਫਿਰ ਹੋਰ ਲੋਕਾਂ ਦਾ ਕਹਿਣਾ ਕਿ ਸ਼ੇਰਾ ਠਵਾਲ ਇੱਕ ਐਸਾ ਨੌਜਵਾਨ ਸੀ ਜਿਸਨੇ ਆਪਣੀ ਬੜੀ ਘੱਟ ਹੀ ਸਮੇਂ ਦੇ ਵਿੱਚ ਜਲਦੀ ਪਛਾਣ ਬਣਾ ਲਈ ਕਬੱਡੀ ਦੀ ਇਸ ਦੁਨੀਆ ਦੇ ਵਿੱਚ ਪਰ ਦੱਸਦੇ ਬੜਾ ਦੁੱਖ ਹੋ ਰਿਹਾ ਕਿ ਸ਼ੇਰਾ ਅਠਵਾਲ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਪਤਾ ਚੱਲਿਆ ਕਿ ਸ਼ੇਰਾ ਦਾ ਵਿਆਹ ਹੋਏ ਨੂੰ ਥੋੜਾ ਹੀ ਘਟ ਸਮਾਂ ਹੋਇਆ ਹਲੇ ਤੇ ਸ਼ੇਰਾ ਆਪਣੇ ਵਿਆਹ ਤੋਂ ਬਾਅਦ 1.5 ਮਹੀਨਾ ਪਹਿਲਾਂ ਕੈਨੇਡਾ ਤੋਂ ਆਏ ਸਨ ਅਤੇ ਪਿੰਡ ਦੇ ਵਿੱਚ ਰਹਿ ਕੇ ਗਏ ਸਨ ਉਸ ਤੋਂ ਬਾਅਦ ਜਦੋਂ 1.5 ਮਹੀਨਾ ਲਾ ਕੇ ਪਿੰਡ ਦੇ ਵਿੱਚ ਵਾਪਸ ਚਲੇ ਜਾਂਦੇ ਨੇ ਤਾ ਬੜਾ ਖੁਸ਼ੀ ਭਰਿਆ ਮਾਹੌਲ ਸੀਗਾ ਤੇ ਸ਼ੇਰਾ ਨੂੰ ਚਾਰੇ ਪਾਸੇ ਇੱਕ ਅਲੱਗ ਜੀ ਦੁਨੀਆ ਦੇਖਣ ਨੂੰ ਮਿਲ ਰਹੀ ਸੀ ਕਿਉਂਕਿ ਇੱਕ ਖੁਸ਼ੀ ਸੀ ਉਸਦੇ ਮੂੰਹ ਦੇ ਉੱਤੇ ਪਰ ਹੁਣ ਦੱਸ ਦਈਏ ਕਿ ਪੂਰਾ ਪਿੰਡ ਹੈ ਜਿਹੜਾ ਉਹ ਸੋਗ ਦੀ ਲਹਿਰ ਦੇ ਵਿੱਚ ਡੁੱਬਿਆ ਹੋਇਆ ਕਿਉਂਕਿ ਸ਼ੇਰਾ ਅਠਵਾਲ ਹੈ ਜਿਹੜਾ ਉਹ ਹੁਣ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਸ਼ੇਰਾ ਅਠਵਾਲ ਇੰਟਰਨੈਸ਼ਨਲ ਕਵੱਡੀ ਪਲੇਅਰ ਸ਼ੇਰਾ ਅਠਵਾਲ ਹੁਣ ਨਹੀਂ ਰਹੇ ਇਸ ਦੁਨੀਆ ਦੇ ਵਿੱਚ ਉਹਨਾਂ ਦੇ ਚਾਚਾ ਜੀ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸ਼ੇਰਾ ਅਠਵਾਲ ਜਦੋਂ ਆਏ ਸਨ ਤਾਂ ਬਹੁਤ ਖੁਸ਼ ਸਨ ਪਰ ਜਦੋਂ ਗਏ ਸਨ ਉਦੋਂ ਪੰਜਾਬ ਦੇ ਵਿੱਚ ਉਸਦੇ ਪਿੰਡ ਦੇ ਵਿੱਚ ਜਿਹੜਾ ਸ਼ੇਰੇ ਦੇ ਵਿੱਚ ਨੌਜਵਾਨਾਂ ਵੱਲੋਂ ਬੜਾ ਪਿਆਰ ਦਿੱਤਾ ਜਾ ਰਿਹਾ ਸੀਗਾ ਪਰ ਅੱਜ ਦੱਸਦੇ ਹੋਏ ਬੜਾ ਦੁੱਖ ਆ ਰਿਹਾ ਹੈ ਕਿ ਸ਼ੇਰਾ ਅਠਵਾਲ ਅਚਾਨਕ ਉਹਨਾਂ ਦੀ ਮੌਤ ਹੋ ਗਈ ਹੈ ਨਹੀਂ ਰਹੇ ਇਸ ਦੁਨੀਆ ਦੇ ਵਿੱਚ ਹੁਣ ਸ਼ੇਰਾ ਅਠਵਾਲ ਸ਼ਮਸ਼ੇਰ ਸਿੰਘ ਸ਼ੇਰਾ ਕਵੱਡੀ ਪਲੇਅਰ ਇੰਟਰਨੈਸ਼ਨਲ ਪਲੇਅਰ ਸੰਤ ਸ਼ੇਰਾ ਠਵਾਲ ਹਾਲ ਤੱਕ ਕੋਈ ਕਾਰਨ ਨਹੀਂ ਪਤਾ ਚਲ ਪਾਇਆ ਕਿ ਸ਼ੇਰਾ ਠਵਾਲ ਆਖਿਰ ਕਿਸ ਕਾਰਨ ਉਹਨਾਂ ਦੀ ਜਿਹੜੀ ਮੌਤ ਹੈ ਹੋਈ ਹੈ ਜਦੋਂ ਕੋਈ ਕਾਰਨ ਸਾਹਮਣੇ ਆਵੇਗਾ ਤਾਂ ਅਸੀਂ ਤੁਹਾਨੂੰ ਦੱਸਦੇ ਰਵਾਂਗੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਹੁੰਦੀ ਰਹੇਗੀ ਤਾਂ ਅਸੀਂ ਤੁਹਾਨੂੰ ਦੱਸਦੇ ਰਵਾਂਗੇ ਤਦ ਤੱਕ ਲਈ ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ